اوزو باللہ میں نشہ دیونے بسم اللہ الرحمن الرحیم السلام علیکم ناظرین ਤੁਸੀਂ دیکھ رہے ہو بشارت علی ٹی وی ر میں ਤੁਹਾਡਾ ਮੇਜ਼ਬਾਨ بشارت علی ناظਰੀ ਮਾਸ਼ਾਅੱਲਾ ਇੱਕ ਬਹੁਤ ਹੀ ਖੂਬਸੂਰਤ ਦੋਜਨ ਚੋਟੀ ਕਮਾਲ ਦਾ ਮਾਸ਼ਾਅੱਲਾ ਹੀਰਾ ਤੁਹਾਡੇ ਸਾਹਮਣੇ ਖੜਾ ਹੋਇਆ ਹੈ ਹਵਾਨਾ ਚੈੱਕ ਕਰ ਲੋ ਦੂਰੋਂ ਕੈਮਰਾ ਲੱਗਿਆ ਹੋਇਆ ਹੈ ਅਗਲਾ ਥਨ ਅਗਲੇ ਪੱਟਾਂ ਚੋਂ ਅੱਗੇ ਨਜ਼ਰ ਆ ਰਿਹਾ ਹੈ ਔਰ ਹਵਾਨਾ ਪਿੱਛੇ ਪੂਰਾ 4 4 ਉਂਗਲ ਜਿਹੜਾ ਉਹ ਪੱਟਾਂ ਚੋਂ ਬਾਹਰ ਤੁੰਨੀ ਕੋਲੀ ਦਾ ਨਿਸ਼ਾਨ ਨਹੀਂ ਹੈਗਾ ਖੀਰਾ ਪਿਓਰ ਦਰਿਆਈ ਔਰ ਪਿਓਰ ਨੀਲੀ ਦਾ ਇਹ ਬ੍ਰਾਂਡ ਹੈ ਇਹ ਮਾਸ਼ਾਅੱਲਾ 5-7 ਦਿਨ ਪਾਈ ਹੁਰੇ ਕਹਿ ਰਹੇ ਨੇ ਕਿ ਸੂਨ ਦੇ ਵਿੱਚੋਂ ਲੈ ਜਾਏਗੀ ਅੱਗਾ ਪਿੱਛੇ ਵੀ 1-2 ਦਿਨ ਦਾ ਕਰ ਸਕਦੀ ਏ ਕੁਛ ਕਹਿ ਨਹੀਂ ਸਕਦੇ ਬਾਕੀ ਖੀਰਾ ਜਿਹੜਾ ਇਹ ਕਮਾਲ ਦਾ ਹੈ ਜੀ ਚੈੱਕ ਕਰ ਲੋ ਵਿਰਲਾ ਥਣ ਪੂਰੀ ਮੋਠ ਮੋਠ ਦਾ ਔਰ ਇਹ ਜਿਹੜਾ ਢਿੱਲਾਪਾਨੇ ਹਵਾਨੇ ਵਾਲਾ ਇਹ ਸਾਰਾ ਮੱਜ ਨੇ ਕੱਢਣਾ ਹੈ ਹਵਾਨਾ ਗੱਲ ਨਹੀਂ ਬਾਤ ਨਹੀਂ ਹਵਾਨੇ ਦੀ ਜਿਹੜੀ ਹੈ ਉਹ ਲੰਬਾਈ ਆਪ ਵੇਖ ਕੇ ਫੈਸਲਾ ਕਰ ਲੈਣਾ ਕਿ ਤੁੰਨੀ ਤੂੰ ਲੈ ਕੇ ਪਿੱਛੇ ਸੂ ਦੇ ਡੋਡੇ ਤੱਕ ਹੈ ਜਾਂ ਨਹੀਂ ਇਹ ਗੱਲਾਂ ਨਹੀਂ ਬਾਤਾਂ ਨਹੀਂ ਹਰ ਚੀਜ਼ ਸਾਹਮਣੇ ਵੀਡੀਓ ਚੱਲ ਰਹੀ ਹੈ ਸਾਹਮਣੇ ਜਾਨਵਰ ਖੜਾ ਹੋਇਆ ਹੈ ਆਪਣੀ ਪੋਜੀਸ਼ਨ 'ਚ ਖੜਾ ਹੋਇਆ ਹੈ ਜਿਸ ਤਰ੍ਹਾਂ ਉਹਨੂੰ ਅੱਛਾ ਲੱਗਦਾ ਉਹ ਖੜਾ ਹੋਇਆ ਹੈ ਬਿੱਲੀ ਅੱਖ ਲੱਗੀ ਹੋਈ ਜਾਨਵਰ ਨੂੰ ਜੀ ਮਾਸ਼ਾਅੱਲਾ ਕਮਾਲ ਦੀ ਨਾਲ ਛੋਟੀ ਵੱਖੀ ਹੈ ਕਾਲਾ ਸ਼ਾ ਪੱਦਰ ਮਾਸ਼ਾਅੱਲਾ ਮੱਝ ਚੌੜੀ ਔਰ ਬਰੀਕ ਚੰਬੜੀਆਂ ਕਾਗਜ਼ ਵਰਗੀਆਂ ਐ ਵੇਖ ਲੋ ਨਜ਼ਰ ਆ ਰਹੀ ਏ ਕਾਗਜ਼ ਵਰ ਕੋ ਚੰਬੜੀ ਜਿੱਥੋਂ ਮਰਜ਼ੀ ਤੁਸੀਂ ਐ ਵੇਖੋ ਚੈੱਕ ਕਰੋ ਜਿੱਥੋਂ ਮਰਜ਼ੀ ਇਹਦੇ ਹੱਥ ਲਾ ਕੇ ਚੈੱਕ ਕਰ ਸਕਦੇ ਹੋ ਸਿੰਘ ਹਲੇ ਮੁਕੰਮਲ ਨਹੀਂ 모ੜਾ 모ੜਤੀ ਆਂਦੀ ਏ ਸਿੰਘ ਥੋੜਾ ਜਿਹਾ ਮਾਸ਼ਾਅੱਲਾ ਅੱਖ ਜਿਹੜੀ ਏ ਬਿਲਕੁਲ ਪਿਓਰ ਵਾਈਟ ਪਿਓਰ ਸਫੈਦ ਦੋਨੇ ਅੱਖਾਂ ਬਿਲੀਆਂ ਜਿਹਨੂੰ ਕਹਿੰਦੇ ਨੇ ਉਹ ਅੱਖਾਂ ਨੇ ਬਾਕੀ ਜਿਹੜੀਆਂ ਨੇ ਉਹ ਗੱਲਾਂ ਬਾਤਾਂ ਆਪਾਂ ਭਾਈ ਗਾਜ਼ਮ ਕੋਲੋਂ ਪੁੱਛ ਲਾ ਮਾਗੇ ਭਾਈ ਆਜ਼ਮ ਇਹਨੂੰ ਪਠਿਆਂ ਨੂੰ ਟੋੜ ਲਾ ਟੋੜੋ ਫੇਰੋ ਖੋਲ ਲੋ ਮਾਸ਼ਾ ਅੱਲਾਹ ਜੀ ਜਾਨਵਰ ਚਲਦਾ ਫਿਰਦਾ ਵੀ ਤੁੰ ਦਿਖਾ ਦਿੰਨਾ ਟੋਰੋ ਲੰਮੀ ਟੋਰ ਲੋ ਪੱਠਿਆਂ ਪਲ ਜਾਂਦੀ ਪੱਠਿਆਂ ਵਾਲਾ ਬਿਹਤਰੀਨ ਵਿਰਲਾ ਨੇ ਜੀ ਔਰ ਥਨ ਵੇਹ ਲੋ ਬਿਲਕੁਲ ਖਾਲੀ ਨੇ ਫਿਲਹਾਲ ਥਨਾ ਦੇ ਵਿੱਚ ਵੀ ਤਾਰਾਂ ਨਹੀਂ ਪਾਈਆਂ ਛੱਡ ਦਿਓ ਚਰਣ ਦਿਓ ਚਰਦੀ ਤਾਂ ਛੱਡ ਦਿਓ ਕੱਟ ਕਾਠ ਮਾਸ਼ਾਅੱਲਾ ਪੂਰਾ ਜਾਨਵਰ ਦਾ ਬਿਹਤਰੀਨ ਸ਼ੱਕ ਕਰ ਸਕਦੇ ਹੋ ਲੈ ਆਓ ਲੈ ਚਲੋ ਉੱਥੇ ਕਿੱਲੇ ਤੇ ਬੰਦ ਤੇ ਡਿਟੇਲ ਦੱਸੋ ਜ਼ਰਾ ਡਿਮਾਂਡ ਦੱਸੋ ਇਹਦੀ ਤੁਸੀਂ ਇਹ ਮਜ਼ੀਦ ਪਾਈ ਹੁਰੇ ਕਹਿੰਦੇ ਨੇ ਮੱਜ ਨੇ ਬਣਨਾ ਲਿਆਉਂ ਰਾਂ ਲਿਆਉ ਬਣੀ ਲੈ ਚਲੋ ਲੈ ਚਲੋ ਅਸਲਾਮ ਅਲੈਕੁਮ ਭਾਈ ਆਜ਼ਮ ਵਾਲੇਕੁਮ ਸਲਾਮ ਸਰਕਾਰ ਕੀ ਹਾਲ ਚਾਲ ਹੈ ਸਿਹਤ ਵੀ ਠੀਕ ਹੈ ਅੱਛਾ ਮਾਸ਼ਾਅੱਲਾ ਆਪਾਂ ਇਹ ਹੀਰਾ ਦਿਖਾਇਆ ਮੱਜ ਆਪਣੀ ਜੀ ਇਹ ਕਿੰਨਵਾ ਸੂਆ ਸੂਣ ਨੂੰ ਹੁਣ ਤਿਆਰ ਹੈ ਦੂਸਰਾ ਜੀ ਦੂਸਰਾ ਸੁਬਾ ਗਰੰਟੀ ਨਾ ਪੱਕੀ ਪੱਕਾ ਦੂਸਰਾ ਹੀ ਨੀ ਕਿ ਅੱਛਾ ਗੱਟਾ ਚਲੋ ਮਾਸ਼ਾਅੱਲ ਅੱਛਾ ਕਿੰਨੇ ਦਿਨ ਕੱਢ ਦੀਏ ਭਾਈ ਇਹ ਅੱਲਾਹ ਦੇ ਕੰਮ ਆ ਤਾਂ ਕੋਈ ਪਤਾ ਨਹੀਂ ਹਾਂ ਬਿਲਕੁਲ ਨਹੀਂ ਪਤਾ ਜਿੱਥੋਂ ਤੱਕ ਅੰਦਾਜ਼ਾ ਕਹੀਤਾ ਜਾਸਦਾ ਪੰਜ ਤੋਂ 7 ਦਿਨ ਵੀ ਲੈ ਸਕਦੀ ਹੈ ਪੰਜ ਤੋਂ 7 ਦਿਨ ਕਿ ਮਜੇ ਦਾ ਕੰਡੀਸ਼ਨ ਹੈ ਕਿ ਦੁੱਧ ਜਦੋਂ ਬਣਦਾ ਥਣਾ ਚ ਉਹਦੇ ਹੀ ਅਜੇ ਤੱਕ ਇਹਦੇ ਬਿਲਕੁਲ ਥਣ ਖਾਲੀ ਕੋਈ ਚੀਜ਼ ਨਹੀਂ ਹਾਂਜੀ ਬਿਲਕੁਲ ਅੱਛਾ ਥਾਣਾ ਚ ਨਾਰਾ ਨਹੀਂ ਹਲੇ ਆਇਆ ਨਾਰਾ ਨਹੀਂ ਬਿਲਕੁਲ ਗੁੰਦਰ ਚੀੜੇ ਸਮਝ ਚੀੜੇ ਹਾਂ ਬਿਲਕੁਲ ਫਿਰ ਤੋਂ ਦਿਨ ਨੇ ਜਦੋਂ ਦੁੱਧ ਬਣਨਾ ਹੈ ਜਾਣੇ ਕੋ 2 4 ਦੇ 5 ਦਿਨ ਫਿਰ ਇਹ ਹਿਸਾਬ ਹੁੰਦਾ ਇਹ ਹਿਸਾਬ ਹੁੰਦਾ ਚੁਆਈ ਸ਼ੁਆਈ ਦੇ ਕਿਵੇਂ ਖਰੀ ਮਾਸ਼ਾਅੱਲਾ ਖਰੀ ਇਹ ਏ ਵਨ ਨੇ ਬਿਲਕੁਲ ਇਨਸ਼ਾਅੱਲਾ ਠੀਕ ਹੈ ਤੇ ਇਹ ਮਾਸ਼ਾਅੱਲਾ ਦੁੱਧ ਸ਼ੁੱਧ ਨੂੰ ਠੀਕ ਹੈ ਬਿਹਤਰੀਨ ਹੈ ਕੁ ਦੇਵੇਗੀ 16 17 ਲੀਟਰ 20 ਲੀਟਰ ਠਾਣਾ ਅੱਲਾਹ ਦੇ ਹੁਕਮ ਨਾਲ ਵੱਧ ਉਮੀਦ ਕੀਤੀ ਜਾ ਸਕਦੀ ਘਟਦੀ ਨਹੀਂ ਅੱਛਾ ਘਟਦੀ ਨਹੀਂ ਇਹ ਜਿਹੜਾ ਬਿਲਕੁਲ ਇਹ ਨੀਲੀ ਦੀ ਮੱਝ ਹੈ ਬਿਲਕੁਲ ਨਗਰੋ ਆ ਜੀ ਬਿਲਕੁਲ ਐਸਾ ਮਾਸ਼ਾਅੱਲਾ ਅੱਛਾ ਇਹਦੀ ਡਿਮਾਂਡ ਹੁਣ ਕੀ ਹੈ ਜੀ ਡਿਮਾਂਡ 3,70,000 ਰੁਪਏ 3,70 ਜੀ ਪਿਆਰ ਮੁਹੱਬਤ ਪਿਆਰ ਮੁਹੱਬਤ ਕਰ ਦਵਾਂ ਹੁਣ ਨਹੀਂ ਕਰਨੀ ਚਲੋ ਜਿਹੜਾ ਹੰਦੀ ਸ਼ੇ ਕਰਦੇ ਤੁਸੀਂ ਕਰ ਦਿਓ ਕਿਵੇਂ ਹੁਕਮ ਆਂਦੇ ਤੁਸੀਂ ਕਰੋ ਹੁਕਮ ਵਕਤੀ ਤੌਰ ਕਰਾ ਲਵਤਾ ਅੱਜ ਕਰਾਣਾ ਜੀਤਾ ਚਲੋ ਥੋੜੀ ਅੱਜ ਕਰ ਦੋ ਫਿਰ ਵਕਤੀ ਕਰ ਲਿਆ ਜੀ ਅੱਛਾ ਹਾਂ 10000 ਰੁਪਇਆ ਹੋਰ ਕਰ ਦੋ 10000 ਜੀ 360 36000 ਚਲੋ ਠੀਕ ਹੈ ਭਈ ਅਜ ਮਿਹਰਬਾਨੀ ਜਿੰਨਾ ਕਮਾਈ ਤੇ ਤਵਕਕ ਕੀਤੀ ਜਾ ਸੀਦੀ ਨਾਲ ਹਾਂ ਇਨਸ਼ਾਅੱਲਾ ਮਾਜ ਦੇ ਬੜੇ ਕੋਈ ਬਣਨ ਦੇ ਆਰਨਰ ਨੇ ਮਾਸ਼ਾਅੱਲ ਵਨਾ ਉਹ ਤਾਂ ਤੁਸੀਂ ਵੇਖ ਹੀ ਲੇ ਵੇਖ ਲਿਆ ਬੇ ਬਿਲਕੁਲ ਵੇਖ ਲਿਆ ਵੇਖ ਲਿਆ ਕੋਈ ਸ਼ੱਕ ਨੂੰ ਨੇ ਮੋਟੀ ਹੈ ਕੋਈ ਲਿਸੀ ਨਹੀਂ ਲਿਸੀ ਨਹੀਂ ਬਿਲਕੁਲ ਲੇ ਗੱਲ ਬਿਲਕੁਲ ਸੁਣੀ ਚਲੋ ਮਿਹਰਬਾਨੀ ਬਹੁਤ ਸ਼ੁਕਰ ਹੈ ਪਿਆਜ਼ਮ ਸਾਹਿਬ ਅੱਲਾ ਹਫਿਜ਼ ਬਾਕੀ